ਅੱਜ ਤਾਂ ਆਪਣੀ ਲਾਡੋ ਦਾ ਰਿਜ਼ਲਟ ਆ ਤੁਸੀਂ ਦੇਖਿਓ ਮੇਰਾ ਪੁੱਤਰ ਤਾਂ ਬਹੁਤ ਚੰਗੇ ਨੰਬਰਾਂ ਨਾਲ ਪਾਸ ਹੋਵੇਗਾ ਚੱਲ ਆਪਣੇ ਦੋਵੇਂ ਬੱਚਿਆਂ ਦੇ ਨੰਬਰ ਚੰਗੇ ਆ ਜਾਣ ਰੱਬਾ ਮਿਹਰ ਕਰੀ ਬੱਚਿਆਂ 'ਚ ਕੀਤੀ ਹੋਈ ਮਿਹਨਤ ਸਫਲ ਹੋ ਜਾਊ ਬੇਬੇ ਮੇਰਾ 12ਵੇਂ ਦਾ ਰਿਜ਼ਲਟ ਆ ਗਿਆ ਮੇਰੇ 95% ਨੰਬਰ ਆਏ ਆ ਸ਼ਾਬਾਸ਼ ਪੁੱਤਰ ਬੇਬੇ ਪਾਪਾ ਜੀ ਮੈਂ ਵੀ ਪਾਸ ਹੋ ਗਈ ਮੇਰੇ 95% ਨੰਬਰ ਆਇਆ ਸ਼ਾਬਾਸ਼ ਧੀਏ ਪਾਪਾ ਜੀ ਮੈਂ ਹੁਣ NDA ਕਰਨੀ ਆ NDA ਉਹ ਕੀ ਹੈ ਨੈਸ਼ਨਲ ਡਿਫੈਂਸ ਅਕੈਡਮੀ ਮਹਾਰਾਜਾ ਰਣਜੀਤ ਸਿੰਘ ਕਾਲਜ ਵਿੱਚ ਪੰਜਾਬ ਸਰਕਾਰ ਵੱਲੋਂ ਮੁਫਤ ਵਿੱਚ 3 ਸਾਲਾਂ ਦੀ ਡਿਗਰੀ ਚੰਡੀਗੜ੍ਹ ਕਾਲਜ ਵਿੱਚੋਂ ਅਤੇ ਇਸ ਦੇ ਨਾਲ ਨਾਲ ਸਾਨੂੰ ਸੁਰੱਖਿਆ ਅਫਸਰ ਦੀ ਤਿਆਰੀ ਵੀ ਕਰਵਾਉਣਗੇ ਇਹ ਤਾਂ ਬਹੁਤ ਵਧੀਆ ਗੱਲ ਹੈ ਹੁਣ ਮੇਰਾ ਪੁੱਤਰ ਵੀ NDA ਕਰੂਗਾ ਤੇ ਇੱਕ ਵੱਡਾ ਸੁਰੱਖਿਆ ਅਫਸਰ ਬਣੇਗਾ ਬੇਬੇ ਮੈਂ ਵੀ NDA ਕਰਾਂਗੀ ਤੇ ਇੱਕ ਸੁਰੱਖਿਅਤ ਅਫਸਰ ਬਣਾਂਗੀ ਹਾਂ ਹਾਂ ਤੂੰ ਕਰੇਗੀ NDA ਮੈਂ ਕਿਉਂ ਨਹੀਂ NDA ਕਰ ਸਕਦੀ ਇਹ ਕਿਸ ਤਰ੍ਹਾਂ ਦਾ ਸਮਾਜ ਹੈ ਜਿਸ ਵਿੱਚ ਲੜਕੇ ਅਫਸਰ ਬਣ ਸਕਦੇ ਹਨ ਪਰ ਲੜਕੀਆਂ ਕਿਉਂ ਨਹੀਂ 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 ਬੇਟਾ ਹੁਣ ਪੰਜਾਬ ਸਰਕਾਰ ਨੇ ਲੜਕੀਆਂ ਵਾਸਤੇ ਵੀ NDA ਖੋਲ੍ਹਿਆ ਹੈ ਜਿਸ ਦਾ ਨਾਮ ਹੈ ਮਾਈ ਭਾਗੋ ਆਰਮੀ ਪ੍ਰੀ ਭਰਤੀ ਕਾਲਜ ਜਿਸ ਵਿੱਚ 3 ਸਾਲ ਦੀ ਡਿਗਰੀ ਦੇ ਨਾਲ ਨਾਲ ਸੁਰੱਖਿਆ ਅਫਸਰ ਦੀ ਟ੍ਰੇਨਿੰਗ ਵੀ ਫ੍ਰੀ ਦੇ ਰਹੇ ਹਨ ਅਤੇ ਕੁੜੀਆਂ ਵੀ ਨੇਵੀ ਇੰਡੀਅਨ ਆਰਮੀ ਅਤੇ ਏਅਰਫੋਰਸ ਵਰਗੀਆਂ ਸੈਨਾਵਾਂ ਵਿੱਚ ਅਫਸਰ ਬਣ ਰਹੀਆਂ ਹਨ ਨਹੀਂ ਨਹੀਂ ਕੋਈ ਅਫਸਰ ਨਹੀਂ ਬਣਨਾ ਬਸ ਹੁਣ ਘਰ ਦੇ ਕੰਮ ਸਿੱਖ ਲਾ ਕਿਉਂਕਿ ਤੂੰ ਪਰਾਏ ਘਰ ਜਾਣਾ ਨਹੀਂ ਨਹੀਂ ਹੁਣ ਮੇਰੀ ਧੀ ਵੀ NDA ਵਿੱਚ ਸ਼ਾਮਿਲ ਹੋਵੇਗੀ ਤੇ ਇੱਕ ਵੱਡੀ ਅਫਸਰ ਬਣੇਗੀ ਹੁਣ ਮੁੰਡੇ ਅਤੇ ਕੁੜੀਆਂ ਦੋਨੋਂ ਹੀ NDA ਵਿੱਚ ਸ਼ਾਮਿਲ ਹੋ ਸਕਦੇ ਹਨ ਕਿ ਭਾਗ ਲੈ ਸਕਦੇ ਹਨ ਰੁਖਾਨਾ ਕਮੇ ਬਦਲ ਤੂੰ ਗਰਤੂ ਪੁਰਾਣੇ ਜੰਗ ਤੇਰੀ ਮੇਂ ਲੜੂੰਗੀ ਤੂੰ ਬਸ ਜੀਤਨੇ ਕੀ ਠਾਨ ਲੇ ਤੂੰ ਬਸ ਜੀਤਨੇ ਕੀ ਠਾਨ ਲੇ ਮੁਝੇ ਜੀਤਨੇ ਕੀ ਆਦਤ ਹੈ ਯਹੀ ਦੁਸ਼ਮਨੋ ਕੀ ਸ਼ਾਮਤ ਹੈ ਹੱਕ ਰੱਬੇ ਇੰਡੀਆ ਮੇਰੀ ਜ਼ਿੰਦਗੀ ਦਾ ਮਕਸਦ ਤੋ ਇਸ ਮੁਲਕ ਦੀ ਹਿਫਾਜ਼ਤ ਹੈ ਜਦ ਲੱਗਦੇ ਇੰਡੀਆ ਕਮਜ਼ੋਰ ਮੈਂ ਨਹੀਂ ਕਿਸੇ ਸੇ ਕਮ ਵੀ ਨਹੀਂ ਮਰ ਜਾਓ ਮੈਂ ਅਗਰ ਮੰਗ ਨਹੀਂ ਹੈ ਗੁਰੂਰ ਕਹਿੰਦੇ ਨੇ ਮੇਰੀ ਚਾਹਤੀ ਰੰਗੇ ਨੇ ਲੜਕੀ ਵੀ ਮੁੱਠੀ ਬਾਜ ਕੇ ਪੈਦਾ ਹੋਈ ਹੈ
करते शैतानियां दोनों मीठ जैसी करते मानियां दोनों मीठ जैसी दादा की चड़ी दादी का चश्मा तोड़ते हैं